ਚਾਰ ਗੱਡੀਆਂ ਦਾ ਐਕਸੀਡੈਂਟ ਹੋ ਗਿਆ, ਟਰੱਕ ਨੇ ਪਿੱਛੋਂ ਹਿੱਟ ਕੀਤਾ, ਕਹਿਣ ਮੁਤਾਬਕ ਬ੍ਰੇਕ ਨਹੀਂ ਲੱਗੀ। ਦੇਖੋ ਇੱਕ ਹਾਜੀ ਰਤਨ ਚੌਂਕ, ਉਹ ਗੱਡੀ ਨੰਬਰ 2, ਉਹ ਗੱਡੀ ਨੰਬਰ 4 ਗੱਡੀਆਂ ਕਿਆ ਤਾਂ ਰੈੱਡ ਲਾਈਟ 'ਤੇ ਕਈ ਗੱਡੀਆਂ ਖੜੀਆਂ ਹੋਈਆਂ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਟਰੱਕ ਉਹਨਾਂ ਦੇ ਵਿੱਚ ਆ ਕੇ ਵੱਜਦਾ ਹੈ, ਜਿਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਹੋਇਆ ਗੱਡੀਆਂ ਦਾ ਹਾਲ। ਪੂਰੀ ਗੱਡੀਆਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਹਾਜੀ ਰਤਨ ਚੌਂਕ ਦੇ ਵਿੱਚ ਰੈੱਡ ਲਾਈਟ ਹੋਈ ਸੀ, ਜਿਹੜੀ ਗੱਡੀਆਂ ਨੇ ਉਹ ਰੁਕੀਆਂ ਹੋਈਆਂ ਸੀ, ਤਾਂ ਅਚਾਨਕ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ, ਜਿਸ ਤੋਂ ਬਾਅਦ ਟਰੱਕ ਸਿੱਧਾ ਇਹਨਾਂ ਖੜੀਆਂ ਹੋਈਆਂ ਗੱਡੀਆਂ ਦੇ ਵਿੱਚ ਵੱਜਦਾ ਹੈ, ਜਿਸ ਤੋਂ ਬਾਅਦ ਜਿਹੜਾ ਟਰੱਕ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਵੱਡਾ ਹਾਦਸਾ ਹੋਇਆ ਹੈ। ਇੱਕ ਟਰੱਕ ਜੋ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ, ਕਈ ਗੱਡੀਆਂ ਨੂੰ ਆ ਕੇ ਉਸਨੇ ਟੱਕਰ ਮਾਰੀ, ਜਿਸ ਤੋਂ ਬਾਅਦ ਗੱਡੀਆਂ ਦਾ ਤੁਸੀਂ ਹਾਲ ਦੇਖ ਹੀ ਸਕਦੇ ਹੋ। ਤਾਂ ਕਾਰਾਂ ਤਬਾਹ ਹੋ ਗਈਆਂ ਨੇ, ਕਈਆਂ ਦਾ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਅਚਾਨਕ ਇਹਨਾਂ ਕਾਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਜਿਹੜਾ ਟਰੱਕ ਹੈ ਉਹ ਥਾਂ ਹੀ ਰੁਕ ਗਿਆ, ਬਾਅਦ ਦੇ ਵਿੱਚ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਹੁਣ ਤਫਤੀਸ਼ ਇਸ ਗੱਲ ਦੀ ਕੀਤੀ ਜਾਵੇਗੀ ਕਿ ਹਾਦਸਾ ਹੋਇਆ ਕਿਉਂ, ਕੀ ਟਰੱਕ ਦੀਆਂ ਬ੍ਰੇਕਾਂ ਖਰਾਬ ਹੋ ਗਈਆਂ ਸੀ, ਜਾਂ ਫਿਰ ਇਸ ਪਿੱਛੇ ਮਾਮਲਾ ਕੁਝ ਹੋਰ ਹੈ। ਆਓ ਦੇਖਦੇ ਹਾਂ ਤਸਵੀਰਾਂ ਜੋ ਬਠਿੰਡਾ ਦੇ ਹਾਜੀ ਰਤਨ ਚੌਂਕ ਤੋਂ ਸਾਹਮਣੇ ਆ ਰਹੀਆਂ ਨੇ। ਬਠਿੰਡਾ ਦੇ ਹਾਜੀ ਰਤਨ ਚੌਂਕ ਦੇ ਵਿੱਚ ਇੱਕ ਟਰੱਕ ਜਿਹੜਾ ITI ਵਾਲੀ ਸਾਈਡ ਤੋਂ ਆ ਰਿਹਾ ਸੀਗਾ, ਉਹ ਜਦੋਂ ਹਾਜੀ ਰਤਨ ਚੌਂਕ ਵਾਲੀ ਸਾਈਡ ਪਹੁੰਚਿਆ ਉੱਥੇ ਰੈੱਡ ਲਾਈਟ ਹੋਈ ਹੋਈ ਸੀ ਅਤੇ ਵਹੀਕਲ ਜਿਹੜੇ ਉੱਥੇ ਖੜ੍ਹੇ ਸੀਗੇ, ਤਾਂ ਕਾਰ ਦੀ ਉਹ ਟਰੱਕ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀਗੀ, ਉਹਨੇ ਰੈੱਡ ਲਾਈਟ ਦੇ ਉੱਤੇ ਖੜ੍ਹੇ ਵਹੀਕਲਾਂ ਨੂੰ ਪਿੱਛੋਂ ਦੀ ਠੋਕਤਾ, ਜਿਹਦੇ ਵਿੱਚ 4 ਕਾਰਾਂ ਬੁਰੀ ਤਰੀਕੇ ਨਾਲ ਨੁਕਸਾਨੀਆਂ ਗਈਆਂ। ਪਰ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਕਾਰਾਂ ਨੂੰ ਉਹਨੇ ਚਕਨਾਚੂਰ ਕਰਤੀਆਂ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਇਹ ਐਡੇ ਜਿਹੜੇ ਵੱਡੇ ਹੈਵੀ ਵਹੀਕਲ ਹੈਗੇ ਆ, ਉਹਨਾਂ ਦੀ ਜਿਹੜੀ ਸਪੀਡ ਲਿਮਿਟ 40 ਦੀ ਨਿਰਧਾਰਤ ਹੈ ਸ਼ਹਿਰ ਦੇ ਵਿੱਚ, ਤਾਂ ਉਸ ਤੋਂ ਜਿਹੜੇ ਵੱਧ ਸਪੀਡ ਵਾਲੇ ਹੁੰਦੇ ਹੈਗੇ ਇਸ ਤਰ੍ਹਾਂ ਦੇ ਫੋਰ ਵੀਲਰ ਵੱਡੇ ਟਰੱਕ ਟਰਾਲੇ, ਇਹਨਾਂ ਦੀ ਸਪੀਡ ਦੇ ਉੱਤੇ ਕੰਟਰੋਲ ਕੀਤਾ ਜਾਵੇ, ਅਤੇ ਜਿਹੜੇ ਓਵਰ ਸਪੀਡ ਹੋਣ 'ਤੇ ਉਹਨਾਂ ਦਾ ਜਿਹੜਾ ਹੈਗਾ ਚਲਾਨ ਕੱਟਿਆ ਜਾਵੇ ਜਾਂ ਵਹੀਕਲ ਬਾਉਂਡ ਕੀਤਾ ਜਾਵੇ। 4 ਗੱਡੀਆਂ ਦਾ ਐਕਸੀਡੈਂਟ ਹੋ ਗਿਆ, ਟਰੱਕ ਨੇ ਪਿੱਛੋਂ ਹਿੱਟ ਕੀਤਾ, ਕਹਿਣ ਮੁਤਾਬਕ ਬ੍ਰੇਕ ਨਹੀਂ ਲੱਗੀ। ਦੇਖੋ ਇੱਕ ਹਾਜੀ ਰਤਨ ਚੌਂਕ, ਉਹ ਗੱਡੀ ਨੰਬਰ 2, ਉਹ ਗੱਡੀ ਨੰਬਰ 4 ਗੱਡੀਆਂ ਕਿਆ ਤਾਂ ਰੈੱਡ ਲਾਈਟ 'ਤੇ ਕਈ ਗੱਡੀਆਂ ਖੜੀਆਂ ਹੋਈਆਂ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਟਰੱਕ ਉਹਨਾਂ ਦੇ ਵਿੱਚ ਆ ਕੇ ਵੱਜਦਾ ਹੈ, ਜਿਸ ਤੋਂ ਬਾਅਦ ਤੁਸੀਂ ਦੇਖ ਹੀ ਸਕਦੇ ਹੋ ਕਿ ਕੀ ਹੋਇਆ ਗੱਡੀਆਂ ਦਾ ਹਾਲ। ਪੂਰੀ ਗੱਡੀਆਂ ਬੁਰੀ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਹਾਜੀ ਰਤਨ ਚੌਂਕ ਦੇ ਵਿੱਚ ਰੈੱਡ ਲਾਈਟ ਹੋਈ ਸੀ, ਜਿਹੜੀ ਗੱਡੀਆਂ ਨੇ ਉਹ ਰੁਕੀਆਂ ਹੋਈਆਂ ਸੀ, ਤਾਂ ਅਚਾਨਕ ਤੇਜ਼ ਰਫ਼ਤਾਰ ਟਰੱਕ ਆਉਂਦਾ ਹੈ, ਜਿਸ ਤੋਂ ਬਾਅਦ ਟਰੱਕ ਸਿੱਧਾ ਇਹਨਾਂ ਖੜੀਆਂ ਹੋਈਆਂ ਗੱਡੀਆਂ ਦੇ ਵਿੱਚ ਵੱਜਦਾ ਹੈ, ਜਿਸ ਤੋਂ ਬਾਅਦ ਜਿਹੜਾ ਟਰੱਕ ਹੈ ਬੁਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਵੱਡਾ ਹਾਦਸਾ ਹੋਇਆ ਹੈ। ਇੱਕ ਟਰੱਕ ਜੋ ਕਿ ਕਾਫੀ ਤੇਜ਼ ਰਫ਼ਤਾਰ ਦੇ ਵਿੱਚ ਸੀ, ਕਈ ਗੱਡੀਆਂ ਨੂੰ ਆ ਕੇ ਉਸਨੇ ਟੱਕਰ ਮਾਰੀ, ਜਿਸ ਤੋਂ ਬਾਅਦ ਗੱਡੀਆਂ ਦਾ ਤੁਸੀਂ ਹਾਲ ਦੇਖ ਹੀ ਸਕਦੇ ਹੋ। ਤਾਂ ਕਾਰਾਂ ਤਬਾਹ ਹੋ ਗਈਆਂ ਨੇ, ਕਈਆਂ ਦਾ ਨੁਕਸਾਨ ਹੋਇਆ ਹੈ। ਦੱਸ ਦਈਏ ਕਿ ਅਚਾਨਕ ਇਹਨਾਂ ਕਾਰਾਂ ਨੂੰ ਟੱਕਰ ਮਾਰਨ ਤੋਂ ਬਾਅਦ ਜਿਹੜਾ ਟਰੱਕ ਹੈ ਉਹ ਥਾਂ ਹੀ ਰੁਕ ਗਿਆ, ਬਾਅਦ ਦੇ ਵਿੱਚ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਹੈ। ਹੁਣ ਤਫਤੀਸ਼ ਇਸ ਗੱਲ ਦੀ ਕੀਤੀ ਜਾਵੇਗੀ ਕਿ ਹਾਦਸਾ ਹੋਇਆ ਕਿਉਂ, ਕੀ ਟਰੱਕ ਦੀਆਂ ਬ੍ਰੇਕਾਂ ਖਰਾਬ ਹੋ ਗਈਆਂ ਸੀ, ਜਾਂ ਫਿਰ ਇਸ ਪਿੱਛੇ ਮਾਮਲਾ ਕੁਝ ਹੋਰ ਹੈ। ਆਓ ਦੇਖਦੇ ਹਾਂ ਤਸਵੀਰਾਂ ਜੋ ਬਠਿੰਡਾ ਦੇ ਹਾਜੀ ਰਤਨ ਚੌਂਕ ਤੋਂ ਸਾਹਮਣੇ ਆ ਰਹੀਆਂ ਨੇ।
ਬਠਿੰਡਾ ਦੇ ਹਾਜੀ ਰਤਨ ਚੌਂਕ ਦੇ ਵਿੱਚ ਇੱਕ ਟਰੱਕ ਜਿਹੜਾ ITI ਵਾਲੀ ਸਾਈਡ ਤੋਂ ਆ ਰਿਹਾ ਸੀਗਾ, ਉਹ ਜਦੋਂ ਹਾਜੀ ਰਤਨ ਚੌਂਕ ਵਾਲੀ ਸਾਈਡ ਪਹੁੰਚਿਆ ਉੱਥੇ ਰੈੱਡ ਲਾਈਟ ਹੋਈ ਹੋਈ ਸੀ ਅਤੇ ਵਹੀਕਲ ਜਿਹੜੇ ਉੱਥੇ ਖੜ੍ਹੇ ਸੀਗੇ, ਤਾਂ ਕਾਰ ਦੀ ਉਹ ਟਰੱਕ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀਗੀ, ਉਹਨੇ ਰੈੱਡ ਲਾਈਟ ਦੇ ਉੱਤੇ ਖੜ੍ਹੇ ਵਹੀਕਲਾਂ ਨੂੰ ਪਿੱਛੋਂ ਦੀ ਠੋਕਤਾ, ਜਿਹਦੇ ਵਿੱਚ 4 ਕਾਰਾਂ ਬੁਰੀ ਤਰੀਕੇ ਨਾਲ ਨੁਕਸਾਨੀਆਂ ਗਈਆਂ। ਪਰ ਫਿਲਹਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਲੇਕਿਨ ਕਾਰਾਂ ਨੂੰ ਉਹਨੇ ਚਕਨਾਚੂਰ ਕਰਤੀਆਂ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਿਹੜੇ ਇਹ ਐਡੇ ਜਿਹੜੇ ਵੱਡੇ ਹੈਵੀ ਵਹੀਕਲ ਹੈਗੇ ਆ, ਉਹਨਾਂ ਦੀ ਜਿਹੜੀ ਸਪੀਡ ਲਿਮਿਟ 40 ਦੀ ਨਿਰਧਾਰਿਤ ਹੈ ਸ਼ਹਿਰ ਦੇ ਵਿੱਚ, ਤਾਂ ਉਸ ਤੋਂ ਜਿਹੜੇ ਵੱਧ ਸਪੀਡ ਵਾਲੇ ਹੁੰਦੇ ਹੈਗੇ ਇਸ ਤਰ੍ਹਾਂ ਦੇ ਫੋਰ ਵੀਲਰ ਵੱਡੇ ਟਰੱਕ ਟਰਾਲੇ, ਇਹਨਾਂ ਦੀ ਸਪੀਡ ਦੇ ਉੱਤੇ ਕੰਟਰੋਲ ਕੀਤਾ ਜਾਵੇ, ਅਤੇ ਜਿਹੜੇ ਓਵਰ ਸਪੀਡ ਹੋਣ 'ਤੇ ਉਹਨਾਂ ਦਾ ਜਿਹੜਾ ਹੈਗਾ ਚਲਾਨ ਕੱਟਿਆ ਜਾਵੇ ਜਾਂ ਵਹੀਕਲ ਬਾਉਂਡ ਕੀਤਾ ਜਾਵੇ।